ਨਾ ਨਬੀਆਂ ਦੇ ਬਿਨਾਂ, ਨਾ ਰਸੂਲਾਂ ਦੇ ਬਿਨਾਂ। ਤਾਂ ਅਕਲ ਬਿਨਾਂ ਨਾ ਹਸ਼ ਹੋ ਰਹੀ ਹੈ, ਗਿਆਨ ਦੇ ਬਿਨਾਂ, ਸਮਝ ਦੇ ਬਿਨਾਂ ਨਾ ਹਸ਼ ਹੋ ਰਹੀ ਹੈ। ਹੁਣ ਬੈਠੇ ਅੱਖਾਂ ਬੰਦ ਕਰਕੇ ਚੌਂਕੜਾ ਲਾ ਕੇ ਪ੍ਰਾਰਥਨਾ ਇਕੱਲੀ ਕਰੀ ਜਾ ਰਿਹਾ, ਡੱਖਾ ਭੰਨ ਕੇ ਦੂਰਾ ਨਹੀਂ ਕਰਦੇ, ਰੋਟੀ ਪਾ ਕੇ ਖਾਣ ਦੀ ਹਿੰਮਤ ਨਹੀਂ ਆ, ਅਤੇ ਖਾਧੀ ਹੋਈ ਰੋਟੀ ਦੀ ਜਿਹੜੀ ਪਲੇਟ ਆ ਉਹ ਚੱਕ ਕੇ ਸਿੰਕ ਵਿੱਚ ਰੱਖਣ ਦੀ ਹਿੰਮਤ ਨਹੀਂ ਆ ਜਿਸ ਇਨਸਾਨ ਦੇ ਵਿੱਚ, ਅਤੇ ਅੱਖਾਂ ਬੰਦ ਕਰਕੇ ਪ੍ਰਾਰਥਨਾ ਕਰ ਰਿਹਾ ਕਿ ਮੈਂ ਐਲਨ ਮਸਕ ਦਾ ਵੀ ਪਾਪਾ ਬਣਨਾ ਆ, ਮੈਂ ਉਸ ਤੋਂ ਵੀ ਉੱਪਰ ਲੰਘਣਾ ਆ, ਮੈਂ ਇੰਡੀਆ ਦਾ ਜਿਹੜਾ ਸਭ ਤੋਂ ਟੋਪ ਦਾ ਬਿਜ਼ਨਸਮੈਨ ਬਣਨਾ। ਅਤੇ ਭਾਈ ਮਾੜੀ ਮੋਟੀ ਹਿਲਜੁਲ ਕਰਨੀ ਸ਼ੁਰੂ ਕਰ, ਤੂੰ ਤਾਂ ਥਾਲੀ ਚੱਕ ਕੇ ਰੱਖਣ ਦੀ ਤਾਂ ਤੇਰੇ 'ਚ ਹਿੰਮਤ ਨਹੀਂ ਆ, ਅਤੇ ਕਿੱਦਾਂ ਹੋਣਾ? ਪਰ ਪ੍ਰਾਰਥਨਾ ਕਰੀ ਜਾ ਰਿਹਾ, ਵਰਤ ਰੱਖ ਕੇ ਵੀ ਪ੍ਰਾਰਥਨਾ ਕਰ ਰਿਹਾ ਆ। ਬਹੁਤ ਲੋਕ 40-40 ਦਿਨਾਂ ਦੇ ਵਰਤ ਰੱਖ ਕੇ ਪ੍ਰਾਰਥਨਾ ਕਰ ਰਹੇ ਆ ਕਿ ਅਸੀਂ ਚੰਗੇ ਬਿਜ਼ਨਸਮੈਨ ਬਣਨਾ ਆ, ਅਸੀਂ ਚੰਗੇ ਅਮੀਰ ਆਦਮੀ ਬਣਨਾ, ਅਸੀਂ ਗੱਡੀਆਂ ਖਰੀਦਣੀਆਂ, ਅਸੀਂ ਘਰ ਬਣਾਉਣੇ ਆ, ਪਰ ਸਿਰਫ ਵਰਤ ਹੀ ਰੱਖੀ ਜਾ ਰਹੇ ਆ, ਕੰਮ ਧੇਲੇ ਦਾ ਨਹੀਂ ਕਰ ਰਹੇ। ਉਹ ਕੁਛ ਕਰੋ ਸਹੀ, ਮੈਂ ਕਹਿੰਦੀ ਰੇੜੀ ਲਾ ਲਓ, ਪਰਮੇਸ਼ੁਰ ਦੇ ਅੱਗੇ ਕੁਛ ਰੱਖੋ ਤਾਂ ਸਹੀ, ਜਿਹਨੂੰ ਉਹ ਬਲੈਸ ਕਰੇ, ਕੋਈ ਝੋਲਾ 'ਤੇ ਫੜਾਓ ਉਹਨੂੰ ਜਿਹੜਾ ਭਰ ਦੇਵੇ ਉਹ, ਅਤੇ ਝੋਲਾ ਵੀ ਨਹੀਂ ਤੁਸੀਂ, ਤਾਂ ਖਾਲੀ ਝੋਲਾ ਵੀ ਨਹੀਂ ਫੜ ਕੇ ਬਹਿੰਦੇ, ਦੱਸੋ ਕਿੱਥੇ ਬਰਕਤ ਪਾਵੇ ਉਹ। ਅੱਜ ਅਸੀਂ ਪਰਮੇਸ਼ੁਰ ਦੇ ਘਰ ਵਿੱਚ ਕਿਉਂ ਵਚਨ ਵਿੱਚ ਲਿਖਿਆ ਕਿ ਤੁਸੀਂ ਆਪਣੀਆਂ ਸਾਰੀਆਂ ਚੀਜ਼ਾਂ ਦਾ ਦਸਵੰਧ ਦਿਓ? ਉਹ ਦਸਵੰਧ ਨਹੀਂ, ਉਹ ਤੁਹਾਡਾ ਇੱਕ ਖਾਲੀ ਝੋਲਾ ਆ, ਜਿਸ ਝੋਲੇ ਨੂੰ ਤੁਸੀਂ ਪਰਮੇਸ਼ੁਰ ਦੇ ਅੱਗੇ ਰੱਖਦੇ ਹੋ, ਔਰ ਪ੍ਰਭੂ ਉਸ ਝੋਲੇ ਨੂੰ ਭਰਦੇ ਆ। ਉਹ ਇੱਕ ਜੇਬ ਆ ਤੁਹਾਡੀ, ਉਹ ਇੱਕ ਖਜ਼ਾਨਾ ਆ ਤੁਹਾਡਾ, ਇੱਕ ਉਹ ਖਾਲੀ ਬਰਤਨ ਆ ਜਿਸ ਬਰਤਨ ਨੂੰ ਤੁਸੀਂ ਪਰਮੇਸ਼ੁਰ ਦੇ ਅੱਗੇ ਰੱਖਦੇ ਹੋ, ਔਰ ਪਰਮੇਸ਼ੁਰ ਉਸ ਬਰਤਨ ਨੂੰ ਭਰਦੇ ਆ। ਪਰ ਅਗਰ ਤੁਸੀਂ ਬੈਠੇ ਹੋ, ਭਾਂਡਾ ਵੀ ਨਹੀਂ ਲਿਆ, ਮੰਗਤਾ ਚੌਂਗੜਾ ਮਾਰ ਕੇ ਸੜਕ ਦੇ ਕੰਢੇ 'ਤੇ ਬੈਠ ਜਾਓ, ਕਿਸੇ ਨੇ ਦਸੀ ਨਹੀਂ, ਉਹ ਪੰਜੀ ਨਹੀਂ ਸਿੱਟਣੀ ਉਹਦੇ ਮੂਹਰੇ, ਉਹ ਵੀ ਭਾਂਡਾ ਲੈ ਕੇ ਬਹਿੰਦਾ, ਉਹਨੂੰ ਵੀ ਮਿਹਨਤ ਕਰਨੀ ਪੈਂਦੀ, ਉਹਨੂੰ ਵੀ ਸੀਸਾਂ ਦੇਣੀਆਂ ਸਿੱਖਣੀਆਂ ਪੈਂਦੀਆਂ ਆ, ਉਹਨੂੰ ਵੀ ਐਕਟ ਕਰਨਾ ਪੈਂਦਾ, ਉਹਨੂੰ ਧੁੱਪ ਵੀ ਸਿੱਕਣੀ ਪੈਂਦੀ, ਉੱਥੇ ਬੈਠ ਕੇ ਉਹਨੂੰ ਬੋਰੇ 'ਤੇ ਬਹਿਣਾ ਪੈਂਦਾ, ਆਪਣੇ ਕਾਊਚ ਨੂੰ ਛੱਡਣਾ ਪੈਂਦਾ, ਆਪਣੀ ਕੁੰਜ ਲਾਉਣੀ ਪੈਂਦੀ ਆ ਉਹਨੂੰ, ਅਤੇ ਉਹਦੇ ਵਿੱਚੋਂ ਉਹ ਬਾਹਰ ਆਉਂਦਾ ਆਪਣੇ ਆਪਣੇ ਮੰਜੇ 'ਤੇ, ਘਰੇ ਬੈਠੇ ਨੂੰ ਨਹੀਂ ਮੰਗਤੇ ਨੂੰ ਕੋਈ ਦੇਣ ਜਾਂਦਾ ਵੀ ਅੱਜ ਜੀ ਮੰਗਤਾ ਜਿਹੜਾ ਹੈ ਨਾ, ਅੱਜ ਠੰਡ ਬੜੀ, ਅੱਜ ਵਿਚਾਰਾ ਸੜਕ 'ਤੇ ਨਹੀਂ ਆਇਆ, ਚਲੋ ਉਹਨੂੰ ਘਰੇ ਹੀ ਦੇ ਆਈਏ, ਕੌਣ ਜਾਂਦਾ ਮੰਗਤੇ ਨੂੰ ਘਰੇ ਦੇਣ? ਠੰਡ ਦੇ ਵਿੱਚ ਵੀ ਮੰਗਤੇ ਨੂੰ ਨਾ ਬਾਹਰ ਆਣ ਕੇ ਬਹਿਣਾ ਪੈਂਦਾ ਹੈ, ਗਰਮੀਆਂ ਵਿੱਚ ਵੀ ਉਸ ਮੰਗਤੇ ਨੂੰ ਧੁੱਪ ਸੇਕਣੀ ਪੈਂਦੀ ਆ, ਉਹ ਵੀ ਕੁਛ ਨਾ ਕੁਛ ਕਰ ਰਿਹਾ, ਤਦ ਸ਼ਾਮਾਂ ਨੂੰ ਜਾ ਕੇ ਠੂਠਾ ਭਰਦਾ ਉਹਦਾ, ਔਰ ਫਿਰ ਉਹ ਘਰੇ ਲੈ ਕੇ ਜਾਂਦਾ। ਤਾਂ ਅੱਜ ਲੋਕ ਸੋਚ ਰਹੇ ਕਿ ਅਸੀਂ ਜੀ ਚਰਚ ਨੂੰ ਜਾ ਰਹੇ ਹਾਂ, ਅਸੀਂ ਜੀ ਪ੍ਰਾਰਥਨਾ ਕਰ ਰਹੇ ਹਾਂ, ਅਤੇ ਸਾਡਾ ਠੂਠਾ ਜਿਹੜਾ ਹੈ ਨਾ ਉੱਦਾਂ ਹੀ ਭਰ ਜਾਣਾ। ਉੱਦਾਂ ਨਹੀਂ ਕਿਸੇ ਦਾ ਵੀ ਭਰਦਾ, ਇਸ ਗੱਲ ਨੂੰ ਪੱਲੇ ਬੰਨ ਲਓ। ਸਾਨੂੰ ਕੁਛ ਨਾ ਕੁਛ ਕਰਨਾ ਪੈਣਾ ਆ, ਕੋਈ ਨਾ ਕੋਈ ਕੰਮ ਤੁਹਾਨੂੰ ਹਰ ਹਾਲਤ 'ਚ ਕਰਨਾ ਪੈਣਾ ਆ। ਜਿਹੜਾ ਕੱਪੜੇ ਸੀਨੇ ਜਾਣਦਾ ਉਹ ਕੱਪੜੇ ਸੀਨੇ ਸ਼ੁਰੂ ਕਰੋ, ਤੁਹਾਡੇ ਕੋਲ ਸਵਾਈ ਪਰਮੇਸ਼ੁਰ ਭੇਜਣਗੇ, ਗਾਹਕ ਪਰਮੇਸ਼ੁਰ ਤੁਹਾਡੇ ਕੋਲ ਭੇਜਣਗੇ। ਅਗਰ ਤੁਸੀਂ ਦੁਕਾਨ ਖੋਲ੍ਹਣ ਦਾ ਤੁਹਾਡੇ ਕੋਲ ਜਗ੍ਹਾ ਹੈਗੀ ਆ, ਦੁਕਾਨ ਖੋਲ੍ਹੋ, ਕੋਈ ਬਿਜ਼ਨਸ ਸਟਾਰਟ ਕਰੋ, ਕੋਈ ਬਿਸਕੁਟਾਂ ਦੇ 4 ਪੈਕੇਟ ਰੱਖੋ, ਕੋਈ ਆਟਾ ਦਾਲਾਂ ਵੇਚਣੀਆਂ ਸ਼ੁਰੂ ਕਰੋ, ਪਰਮੇਸ਼ੁਰ ਤੁਹਾਡੇ ਕੋਲ ਗਾਹਕ ਭੇਜਣਗੇ। ਮਿਸਤਰੀ ਮਿਸਤਰੀ ਦਾ ਕੰਮ ਕਰਨਾ ਸ਼ੁਰੂ ਕਰੇ, ਮਿਹਨਤ ਕਰਨੀ ਸ਼ੁਰੂ ਕਰੇ, ਪ੍ਰਾਰਥਨਾ ਵੀ ਨਾਲ ਨਾਲ ਕਰੋ, ਔਰ ਤੁਸੀਂ ਦੇਖਿਓ ਪ੍ਰਭੂ ਤੁਹਾਡੇ ਕੋਲ ਕੋਠੀਆਂ ਦੇ ਠੇਕੇ ਭੇਜਣਗੇ। ਜਿਹਦੇ ਕੋਲ ਗੱਡੀ ਆ, ਘਰੇ ਵੀ ਤਾਂ ਗੱਡੀ ਖੜ੍ਹੀ ਆ, ਤੂੰ ਟੈਕਸੀ ਸਟੈਂਡ 'ਤੇ ਲੈ ਜਾ, ਤੂੰ ਟੈਕਸੀ ਚਲਾਉਣੀ ਸ਼ੁਰੂ ਕਰ, ਤੂੰ ਦੇਖੀ ਪਰਮੇਸ਼ੁਰ ਉੱਥੇ ਤੇਰੇ ਕੋਲ ਗਾਹਕ ਭੇਜਣਗੇ, ਅਤੇ ਤੂੰ ਉਸੇ ਗੱਡੀ ਤੋਂ ਗੱਡੀਆਂ ਵਾਲਾ ਹੋ ਜਾਏਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਕਰੋ ਤਾਂ ਸਹੀ ਕੁਛ, ਮੈਂ ਕਹਿੰਦੀ ਟਿੱਕੀਆਂ ਪਕੌੜੇ ਕੱਢਣੇ ਸ਼ੁਰੂ ਕਰ ਦਿਉ, ਮੈਂ ਕਹਿੰਦੀ ਚਾਹ ਦਾ ਖੋਖਾ ਹੀ ਲਾ ਲਓ, ਕੁਛ ਕਰੋ ਤਾਂ ਸਹੀ। ਤੁਸੀਂ ਦੇਖੋ ਨਾ MBA ਚਾਹੇ ਵਾਲਾ, ਉਸ ਬੱਚੇ ਨੇ ਚਾਹ ਦਾ ਕੰਮ ਸ਼ੁਰੂ ਕੀਤਾ, ਅਤੇ ਅੱਜ ਉਹ ਬੱਚਾ ਜਿਹੜਾ ਆ ਉਹ ਕਰੋੜਾਂ ਰੁਪਈਆ ਸਾਲ ਦਾ ਜਿਹੜਾ ਆ ਉਹਦਾ ਘੁੰਮਦਾ ਆ ਅਕਾਊਂਟ ਦੇ ਵਿੱਚ। ਤਾਂ ਕੁਛ ਕਰੋਂਗੇ ਤਦ ਹੀ ਤਾਂ ਉਸ ਚੀਜ਼ ਨੂੰ ਪ੍ਰਭੂ ਬਲੈਸ ਕਰਨਗੇ। ਅਸ ਦੇਖੋ ਫੋਕੀ ਪ੍ਰਾਰਥਨਾ ਦੇ ਨਾਲ ਕੁਛ ਨਹੀਂ ਹੋਣਾ, ਇਕੱਲੀ ਪ੍ਰਾਰਥਨਾ ਦੇ ਨਾਲ ਕੁਛ ਨਹੀਂ ਹੋਣਾ। ਪਰਮੇਸ਼ੁਰ ਨੇ ਸਾਨੂੰ ਹੱਥ ਕਿਉਂ ਦਿੱਤੇ ਆ?
ਜੇ ਸਿਰਫ ਪ੍ਰਾਰਥਨਾ ਨਾਲ ਹੀ ਸਾਰਾ ਕੁਛ ਹੋਣਾ ਸੀ ਫਿਰ ਤਾਂ ਹੱਥਾਂ ਦੀ ਜ਼ਰੂਰਤ ਹੀ ਨਹੀਂ, ਨਾ ਪੈਰਾਂ ਦੀ ਜ਼ਰੂਰਤ ਸੀ, ਨਾ ਜ਼ੋਰ ਦੀ ਜ਼ਰੂਰਤ ਸੀ, ਫਿਰ ਤਾਂ ਬਸ ਪ੍ਰਾਰਥਨਾ ਕਰਨ ਲਈ ਮੂੰਹ ਹੀ ਇਕੱਲਾ ਕਾਫੀ ਸੀ, ਕਿਉਂਕਿ ਇਹਦੇ ਨਾਲ ਹੀ ਖਾਣ ਪਾਣ ਵੀ ਹੋ ਜਾਣਾ ਅਤੇ ਤੁਸੀਂ ਪ੍ਰਾਰਥਨਾ ਕਰਨੀ ਸੀ ਅਤੇ ਤੁਹਾਡੇ ਮੂੰਹ ਦੇ ਵਿੱਚ ਆਪਣੇ ਆਪ ਹੀ ਚੀਜ਼ਾਂ ਜਿਹੜੀਆਂ ਉਹ ਪੈਣੀਆਂ ਸ਼ੁਰੂ ਹੋ ਜਾਣੀਆਂ ਸੀ, ਆਪੇ ਪੱਕ ਜਿਆ ਕਰਨੀਆਂ ਸੀ। ਖੁਦਾ ਨੇ ਤੁਹਾਨੂੰ ਅਨਾਜ ਦਿੱਤਾ ਆ, ਖੁਦਾ ਨੇ ਤੁਹਾਨੂੰ ਆਟਾ ਫੱਕਾ ਸਭ ਕੁਛ ਦਿੱਤਾ ਆ, ਤੁਸੀਂ ਜਿੰਨੀ ਮਰਜ਼ੀ ਉਹਦੇ ਲਾਗੇ ਪ੍ਰਾਰਥਨਾ ਕਰੋ ਕਿ ਯਿਸੂ ਮਸੀਹ ਦੇ ਨਾਮ 'ਚ ਰੋਟੀਆਂ ਪੱਕ ਕੇ ਸਾਰੇ ਟੱਬਰ ਦੇ ਢਿੱਡ ਵਿੱਚ ਪੈਜਣ ਨਹੀਂ ਪੈਣਗੀਆਂ, ਉਹ ਤੁਹਾਨੂੰ ਗੁੰਨਣਾ ਪਕਾਉਣਾ ਹੀ ਪੈਣਾ ਆ, ਕਿਉਂਕਿ ਪਰਮੇਸ਼ੁਰ ਨੇ ਗੁੰਨਣ ਲਈ ਹੱਥ ਦਿੱਤੇ ਆ। ਪਰਮੇਸ਼ੁਰ ਨੇ ਸਭ ਚੀਜ਼ਾਂ ਜੋ ਪਰਮੇਸ਼ੁਰ ਨੇ ਦੇਣੀਆਂ ਨਾ ਉਹ ਪਰਮੇਸ਼ੁਰ ਨੇ ਦੇ ਦਿੱਤੀਆਂ, ਜੋ ਪ੍ਰਭੂ ਨੇ ਕਰਨਾ ਉਹ ਪ੍ਰਭੂ ਨੇ ਕਰ ਦਿੱਤਾ। ਮਾਈ ਡੀਅਰ ਫਰੈਂਡਸ, ਹੁਣ ਸਾਡੀ ਟਰਨ ਆ, ਹੁਣ ਅਸੀਂ ਕਰਨਾ ਆ। ਇਸ ਲਈ ਆਪਣੇ ਨਿਆਣਿਆਂ ਨੂੰ, ਖੁਦ ਨੂੰ ਹੁਣ ਤੋਂ ਹੀ ਇਸ ਆਲਸ ਅਤੇ ਦਲਿੱਦਰ ਵਿੱਚੋਂ ਬਾਹਰ ਕੱਢੋ। ਇਹ ਆਲਸ ਆ, ਅਗਰ ਅਸੀਂ ਆਪਣੇ ਬੱਚਿਆਂ ਨੂੰ ਕੋਈ ਕੰਮ ਕਰਨਾ ਨਹੀਂ ਕਹਿ ਰਹੇ ਨਾ, ਇਹ ਸਿਰੇ ਦਾ ਆਲਸ ਆ, ਰਾਜ ਪ੍ਰਤਾਪ ਆ। ਇਹ ਨਹੀਂ ਆ ਕਿ ਘਰ ਦੇ ਵਿੱਚ ਉਹਦੇ ਕੋਲ ਵੀ ਮੇਰੇ ਕੋਲ ਉਹਨੂੰ ਖਾਣਾ ਪਾ ਕੇ ਦੇਣ ਦੀ ਹਿੰਮਤ ਨਹੀਂ ਆ, ਬਟ ਨਹੀਂ, ਅੱਜ ਅਸੀਂ ਬੱਚਿਆਂ ਦੇ ਨਾਲ, ਕਈ ਵਾਰੀ ਅਸੀਂ ਨਹੀਂ ਹੁੰਦੇ ਘਰ ਦੇ ਵਿੱਚ, ਅਸੀਂ ਕਿਤੇ ਸਮਾਗਮ 'ਤੇ ਗਏ ਹੁੰਦੇ ਹਾਂ, ਕਿਤੇ ਮੀਟਿੰਗ ਦੇ ਵਿੱਚ ਗਏ ਹਾਂ, ਕਿਤੇ ਸਟੂਡੀਓ ਦੇ ਵਿੱਚ ਬੈਠੇ ਹਾਂ, ਕੁਛ ਵੀ ਕਰ ਰਹੇ ਹਾਂ, ਅਗਰ ਨਹੀਂ ਵੀ ਲੰਚ ਬਣਿਆ, ਇਹ ਨਹੀਂ ਆ ਕਿ ਬੱਚੇ ਭੁੱਖੇ ਆ। ਰਾਜ ਪ੍ਰਤਾਪ ਖੁਦ ਦਾ ਲੰਚ ਬਣਾ ਲੈਂਦਾ ਹੈ। ਬੱਚੇ ਧਨਪ੍ਰੀਤ ਜਿਹੜੀ ਆ ਉਹ ਮੈਗੀ ਬਣਾ ਲੈਂਦੀ ਆ, ਚਾਹ ਬਣਾ ਲੈਂਦੀ ਆ, ਓਮਲੇਟ ਬਣਾ ਲੈਂਦੀ ਆ। ਤਾਂ ਬੱਚਿਆਂ ਨੂੰ ਸਾਨੂੰ ਟੀਚ ਕਰਨਾ ਆ, ਜ਼ਰੂਰੀ ਆ। ਅਗਰ ਤੁਹਾਡਾ ਬੱਚਾ ਕੰਮ ਨਹੀਂ ਕਰ ਰਿਹਾ, ਗਲਤ ਕਰ ਰਿਹਾ, ਬਾਰ ਬਾਰ ਉਸੇ ਕੋਲੋਂ ਹੀ ਉਹ ਕੰਮ ਕਰਵਾਓ, ਉਹਨੂੰ ਕਹੋ ਕਿ ਤੂੰ ਇਹ ਕੰਮ ਕਰਨਾ ਹੈ, ਉਹਨੂੰ ਉਹ ਕੰਮ ਕਰਨ ਦਿਓ, ਜ਼ਰੂਰੀ ਆ, ਇਹ ਬਹੁਤ ਜ਼ਰੂਰੀ ਆ। ਅਗਰ ਅੱਜ ਅਸੀਂ ਉਹਨਾਂ ਦੀਆਂ ਹੱਡਾਂ 'ਚ ਬਹਿੰਦੇ ਹਾਂ, ਦੇਖੋ ਮੈਂ ਨਹੀਂ ਇਸ ਗੱਲ ਉੱਤੇ ਕੋਪਰੇਟ ਕਰਦੀ ਪੇਰੈਂਟਸ ਦੇ ਨਾਲ, ਜਿਹੜੇ ਪੇਰੈਂਟਸ ਕਹਿੰਦੇ ਕਿ ਸਾਡੇ ਬੱਚੇ ਜਿਹੜੇ ਆ ਉਹ ਜੀ ਅਸੀਂ ਤਾਂ ਬੜੀ ਕੋਸ਼ਿਸ਼ ਕਰਦੇ ਇਹਨਾਂ ਨੂੰ ਸੁਧਾਰਨ ਦੀ ਅਤੇ ਇਹ ਵਿਗੜ ਗਏ। ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਤੁਸੀਂ ਕੋਸ਼ਿਸ਼ ਕੀਤੀ ਹੋਵੇ ਤਾਂ ਤੁਹਾਡੇ ਬੱਚੇ ਵਿਗੜ ਜਾਣ। ਜਦੋਂ ਕਿਸੇ ਨੂੰ ਬੱਚੇ ਦਿੱਤੇ ਜਾਂਦੇ ਆ ਨਾ, ਮਤਲਬ ਪਰਮੇਸ਼ੁਰ ਜਦੋਂ ਬੱਚਿਆਂ ਨੂੰ ਦਿੰਦੇ ਆ, ਸਾਡੀ ਝੋਲੀ ਪਾਉਂਦੇ ਆ ਬੱਚੇ, ਉਹ ਸਾਨੂੰ ਖਾਲੀ ਡਾਇਰੀ ਦਿੱਤੀ ਆ ਪਰਮੇਸ਼ੁਰ ਨੇ, ਸਾਨੂੰ ਇੱਕ ਬਲੈਂਕ ਸ਼ੀਟਸ ਦਿੱਤੀਆਂ ਹੋਈਆਂ ਆ। ਤੁਸੀਂ ਆਪਣੀ ਮਰਜ਼ੀ ਨਾਲ ਲਿਖਦੇ ਆ ਉਹਨਾਂ ਸ਼ੀਟਾਂ ਦੇ ਉੱਤੇ ਕਿ ਤੁਸੀਂ ਕੀ ਲਿਖਣਾ ਹੈ। ਇਹ ਤੁਹਾਨੂੰ ਦਿੱਤੇ ਹੋਏ ਪਰਚੇ ਆ ਜਿਹੜੇ ਬਿਲਕੁਲ ਐਮਟੀ ਆ, ਬਲੈਂਕ ਆ। ਤੁਸੀਂ ਇਹਨਾਂ ਨੂੰ ਭਰਨਾ, ਤੁਸੀਂ ਇਹਨਾਂ 'ਚ ਰੰਗ ਭਰਨੇ, ਤੁਸੀਂ ਇਹਨਾਂ ਨੂੰ ਚਾਹੇ ਖਾਲੀ ਰੱਖ ਲਓ, ਚਾਹੇ ਤੁਸੀਂ ਇਹਨਾਂ ਦੇ ਉੱਤੇ ਗਲਤ ਡਰਾਇੰਗ ਕਰ ਦਿਓ, ਚਾਹੇ ਤੁਸੀਂ ਇਹਨਾਂ 'ਤੇ ਸੋਹਣੀ ਡਰਾਇੰਗ ਕਰ ਦਿਓ, ਜੋ ਕਰਨਾ ਤੁਸੀਂ ਕਰਨਾ। ਜਦੋਂ ਬੱਚਾ ਪੈਦਾ ਹੁੰਦਾ ਉਹਨੂੰ ਪਤਾ ਹੀ ਨਹੀਂ ਆ ਮੇਰਾ ਪਾਪਾ ਕੌਣ ਆ, ਚਾਚਾ ਕੌਣ ਆ, ਤਾਇਆ ਕੌਣ ਆ। ਤੁਸੀਂ ਉਹਨੂੰ ਇੰਟਰੋਡਿਊਸ ਕਰਵਾਉਂਦੇ ਆ ਕਿ ਆਹ ਤੇਰੀ ਦਾਦੀ ਹੈ, ਬਹੁਤ ਚੰਗੀ ਆ, ਇਹ ਤੇਰੀ ਭੂਆ ਹੈ, ਬਹੁਤ ਚੰਗੀ ਆ, ਤੇਰੀ ਮਾਸੀ ਹੈ, ਤੇਰੀ ਭੂਆ ਨਾਲੋਂ ਵੀ ਜ਼ਿਆਦਾ ਚੰਗੀ ਆ। ਇੱਦਾਂ ਇੰਟਰੋਡਿਊਸ ਕਰਵਾਉਂਦੇ ਆ ਨਾ, ਨੋਰਮਲੀ ਇੰਡੀਅਨ ਕਲਚਰ ਦੇ ਅਕੋਰਡਿੰਗਲੀ ਇੱਦਾਂ ਹੀ ਇੰਟਰੋਡਿਊਸ ਕਰਵਾਉਂਦੇ ਆ। ਇਹ ਤੇਰਾ ਮਾਮਾ ਹੈ ਨਾ, ਇਹ ਤੇਰੇ ਤਾਏ ਨਾਲੋਂ ਵੀ ਜ਼ਿਆਦਾ ਚੰਗਾ ਆ, ਤੇਰੇ ਚਾਚੇ ਨਾਲੋਂ ਵੀ ਜ਼ਿਆਦਾ ਚੰਗਾ ਆ। ਤਾਂ ਜਦੋਂ ਜੇ ਡੈਡੀ ਨੇ ਇੰਟਰੋਡਿਊਸ ਕਰਵਾਉਣਾ ਤਾਂ ਡੈਡੀ ਨੇ ਕਹਿਣਾ ਇਹ ਤੇਰੀ ਇਹ ਤੇਰੀ ਭੂਆ ਆ ਕਾਕੇ, ਤੇਰੀ ਮਾਸੀ ਨਾਲੋਂ ਵੀ ਜ਼ਿਆਦਾ ਅਕਲ ਵਾਲੀ ਆ, ਤਾਂ ਇਹ ਤੇਰੇ ਮਾਮੇ ਨਾਲੋਂ ਵੀ ਜ਼ਿਆਦਾ ਅਕਲ ਵਾਲਾ ਆ। ਤਾਂ ਮਤਲਬ ਅਸੀਂ ਭਰਦੇ ਉਹਨਾਂ ਦੇ ਅੰਦਰ ਇਹ ਚੀਜ਼ਾਂ, ਚੰਗਾ ਮਾੜਾ, ਕੌਣ ਦੁਸ਼ਮਣ ਆ, ਇਹ ਸਾਡੇ ਗੁਆਂਢੀ ਆ, ਇਹ ਸਾਡਾ ਕੰਮ ਵਾਲਾ ਆ, ਇਹ ਸਾਡਾ ਆਹ ਆ, ਆਪਣੀ ਫਲਾਨੀ ਚੀਜ਼ ਇੱਥੇ ਆ, ਉਹਦੇ ਲਈ ਸਾਰੀ ਪੈਲੀ ਪੈਲੀ ਆ। ਜਦ ਤੱਕ ਪਿਤਾ ਨਹੀਂ ਉਹਨੂੰ ਦੱਸੂਗਾ ਕਿ ਕਿਹੜੀ ਸਾਡੀ ਪੈਲੀ, ਉਹਦੇ ਲਈ ਉਨੀ ਦੇਰ ਤੱਕ ਉਹਨੂੰ ਪਤਾ ਹੀ ਨਹੀਂ ਹੈਗਾ। ਤਾਂ ਅਸੀਂ ਇਹਨਾਂ ਬੱਚਿਆਂ ਦੇ ਜੀਵਨ ਵਿੱਚ ਰੰਗ ਭਰਦੇ ਹਾਂ। ਗਾਲਾਂ ਕੱਢਣੀਆਂ ਅਸੀਂ ਸਿਖਾਉਂਦੇ ਹਾਂ, ਝੂਠ ਬੋਲਣਾ ਅਸੀਂ ਸਿਖਾਉਂਦੇ ਹਾਂ, ਨਫ਼ਰਤ ਕਰਨੀ ਅਸੀਂ ਸਿਖਾਉਂਦੇ ਹਾਂ। ਇਹ ਤੁਸੀਂ ਮੰਨੋ ਜਾਂ ਨਾ ਮੰਨੋ, ਸੱਚ ਇਹੋ ਹੀ ਆ ਕਿ ਬੱਚਿਆਂ ਦੇ ਜੀਵਨ ਵਿੱਚ ਜੋ ਤੁਸੀਂ ਦੇਖ ਰਹੇ ਹੋ ਉਹ ਤੁਹਾਡੀ ਬੀਜੀ ਹੋਈ ਫਸਲ ਦਾ, ਜਿਹੜਾ ਬੀਜ ਬੀਜਣਾ ਉਹਦੀ ਫਸਲ ਆ, ਉਹਦਾ ਨਤੀਜਾ ਆ। ਇਹ ਸੱਚੀ ਗੱਲ ਆ, ਔਖਾ ਆ ਪਰ ਸੱਚ ਇਹੀ ਆ।
ਤਾਂ ਜ਼ਰੂਰੀ ਆ ਕਿ ਅਸੀਂ ਚੰਗੀ ਫਸਲ ਵੱਢੀਏ। ਜੇ ਤੁਹਾਨੂੰ ਚਾਹੀਦਾ ਆ ਕਿ ਚੰਗੀ ਫਸਲ ਉੱਗੇ ਤਾਂ ਬੀਜ ਸੋਹਣਾ ਪਾਓ, ਕਿਉਂਕਿ ਦੇਖੋ ਤੁਸੀਂ ਤਾਂ ਆਪਣੇ ਬੱਚਿਆਂ ਨੂੰ ਇੱਦਾਂ ਉਹਨਾਂ ਦੇ ਅੰਦਰ ਗੰਦਾ ਬੀਜ ਬੀਜ ਰਹੇ ਜਿੱਦਾਂ ਕਿਸੇ ਦੁਸ਼ਮਣ ਦੇ ਜੀਵਨ ਦੇ ਵਿੱਚ ਦੁਸ਼ਮਣੀ ਪੂਰੀ ਕੱਢਣੀ ਹੋਵੇ। ਚੇਤੇ ਰੱਖੋ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਇਹ ਗੱਲ ਦੱਸ ਰਹੇ ਹੋ ਨਾ ਕਿ ਤੇਰੀ ਦਾਦੀ ਚੰਗੀ ਨਹੀਂ ਆ, ਜਾਂ ਤੇਰੀ ਭੂਆ ਚੰਗੀ ਨਹੀਂ ਆ, ਜਾਂ ਤੇਰੇ ਮਾਮੇ ਚੰਗੇ ਨਹੀਂ ਆ, ਜਾਂ ਤੇਰੇ ਚਾਚੇ ਤਾਏ ਤੇਰੀ ਨਾਨੀ ਚੰਗੀ ਨਹੀਂ, ਜਿਹਦੇ ਬਾਰੇ ਵਿੱਚ ਵੀ ਤੁਸੀਂ ਗਾਈਡ ਕਰ ਰਹੇ ਹੋ। ਕਈ ਵਾਰੀ ਆਪਣੇ ਪੇਰੈਂਟਸ ਨਾਲ ਕਈਆਂ ਦਾ ਬੜਾ ਜਿਹੜਾ ਹੈ ਨਾ ਮਸਲਾ ਚੱਲ ਰਿਹਾ ਹੁੰਦਾ ਅਤੇ ਉਹ ਆਪਣੇ ਪੇਰੈਂਟਸ ਦੇ ਲਈ ਵੀ ਗਲਤ ਟੀਚ ਕਰ ਦਿੰਦੇ ਆ। ਤੁਸੀਂ ਉਸ ਵੇਲੇ ਇੱਕ ਗੰਦਾ ਬੀਜ ਉਹਨਾਂ ਬੱਚਿਆਂ ਦੇ ਜੀਵਨ ਦੇ ਵਿੱਚ ਲਗਾ ਰਹੇ ਹੋ, ਤੁਸੀਂ ਗਲਤ ਸਿੱਖਿਆ ਉਹਨਾਂ ਦੇ ਅੰਦਰ ਬੀਜ ਰਹੇ ਹੋ। ਔਰ ਤੁਸੀਂ ਆਸ਼ਾ ਕੀ ਕਰ ਰਹੇ ਹੋ ਕਿ ਕੱਲ੍ਹ ਨੂੰ ਤੁਹਾਡੇ ਬੱਚੇ ਇੱਕ ਚੰਗੀ ਫਸਲ ਪੈਦਾ ਕਰਨ, ਤਾਂ ਕਿੱਦਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿੱਦਾਂ ਹੋ ਸਕਦਾ ਕਿ ਮਰਿਆ ਹੋਇਆ ਬੀਜ ਜੀਵਤ ਫਸਲ ਜਿਹੜੀ ਆ ਉਹ ਪੈਦਾ ਕਰੇ। ਕਿੱਕਰ ਲਗਾ ਕੇ ਤੁਸੀਂ ਗੁਲਾਬ ਖਿੜਨ ਦੀ ਆਸ ਕਰ ਰਹੇ ਹੋ ਕਿ ਹੁਣ ਇਹ ਬੂਟਾ 2 ਸਾਲਾਂ ਦਾ ਹੋ ਗਿਆ, ਹੁਣ ਇਹ ਸਾਰਾ ਫੁੱਲਾਂ ਨਾਲ ਭਰ ਜਾ ਕਰਨਾ ਗੁਲਾਬ ਦੇ ਫੁੱਲਾਂ ਦੇ ਨਾਲ, ਤੇ ਕਿੱਦਾਂ ਹੋ ਸਕਦਾ। ਤੁਸੀਂ ਕਿੱਕਰ ਲਗਾਈ ਘਰ ਵਿੱਚ ਤਾਂ ਤੁਸੀਂ ਨੰਗੇ ਪੈਰੀਂ ਤੁਰਨ ਦਾ ਸੋਚਣ ਡਿਆ ਹੋ ਕਿ ਮੇਰੇ ਘਰ ਦੇ ਵਿੱਚ ਤਾਂ ਬਸ ਹੁਣ ਜਿੱਥੇ ਮਰਜ਼ੀ ਨੰਗੇ ਪੈਰੀਂ ਭੱਜੇ ਫਿਰੋ, ਛਾਂ ਆ, ਠੰਡਾ ਥਾਂ ਆ। ਛਾਂ ਤਾਂ ਹੈਗੀ ਆ, ਅਤੇ ਜਿਹੜੀਆਂ ਸੂਲਾਂ ਖਿੱਲਰੀਆਂ ਉਹ ਤੁਸੀਂ ਕਿੱਕਰ ਬੀਜੀ ਆ, ਸੂਲਾਂ ਖਿੱਲਰਨੀਆਂ ਹੀ ਖਿੱਲਰਨੀਆਂ ਆ। ਇਸ ਲਈ ਇਹ ਬੱਚਿਆਂ ਨੂੰ ਇਹ ਯਾਦ ਰੱਖੋ ਕਿ ਜੋ ਮੈਂ ਇਹਨਾਂ ਨੂੰ ਸਿਖਾ ਰਿਹਾ ਉਹ ਮੈਂ ਹੀ ਕੱਟਣਾ ਆ, ਉਹ ਮੇਰੇ ਲਈ ਫਸਲ ਉੱਗ ਰਹੀ ਆ। ਮੈਂ ਹਮੇਸ਼ਾ ਅਗਰ ਕੋਈ ਪਿੰਡ ਦੇ ਵਿੱਚ ਦੇਖੋ ਕਈ ਵਾਰੀ ਕਈ ਗੱਲਾਂ ਤੁਹਾਨੂੰ ਅਜੀਬ ਸੁਣਨ ਨੂੰ ਮਿਲਦੀਆਂ ਆ, ਕੁਛ ਨਾ ਕੁਛ ਹੋਇਆ ਰਹਿੰਦਾ ਆ। ਪਰ ਕਈ ਵਾਰੀ ਨਾ ਕੋਈ ਜਣਾ ਮੈਂਬਰ ਕੋਈ ਘਰ ਦਾ ਜਾਂ ਕੋਈ ਸਿਆਣਾ ਆਣ ਕੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰੇ ਬਈ ਹੁਣ ਆਪਣੇ ਵੀ ਨਿਆਣੇ ਜਵਾਨ ਹੋ ਗਏ ਆ, ਇਹਨਾਂ ਇੱਦਾਂ ਨਿਆਣਿਆਂ ਦਾ ਧਿਆਨ ਰੱਖਣਾ, ਇਸ ਪੱਖ ਤੋਂ ਨਿਆਣਿਆਂ ਦਾ ਧਿਆਨ ਰੱਖਣਾ। ਮੈਂ ਆਲਵੇਜ਼ ਕਹਿੰਦੀ ਨਹੀਂ ਹੋਊਗਾ ਮੇਰੇ ਬੱਚਿਆਂ ਦੇ ਜੀਵਨ ਦੇ ਵਿੱਚ, ਇੱਦਾਂ ਨਹੀਂ ਹੋਊਗਾ। ਕਿਉਂ? ਕਿਉਂਕਿ ਮੈਂ ਇੱਦਾਂ ਦਾ ਕੁਛ ਬੀਜਿਆ ਨਹੀਂ ਆ, ਅਤੇ ਖੁਦਾ ਮੈਨੂੰ ਬਚਾ ਕੇ ਰੱਖੇ ਕਿ ਮੈਂ ਇੱਦਾਂ ਦਾ ਕੁਛ ਬੀਜਣਾ ਵੀ ਨਹੀਂ ਆ। ਅਗਰ ਸਾਡੇ ਬੱਚੇ ਵਿਗੜਦੇ ਆ, ਉਹ ਸਾਡੇ ਕਰਮਾਂ ਦੀ ਸਜ਼ਾ ਹੈ, ਉਹ ਸਾਡੀ ਕੀਤੀ ਦਾ ਨਤੀਜਾ ਹੈ, ਉਹ ਸਾਡੀਆਂ ਕੀਤੀਆਂ ਦਾ ਫਲ ਆ। ਅਗਰ ਕਿਸੇ ਦੇ ਬੱਚੇ ਜਿਹੜੇ ਆ ਉਹ ਕਹਿ ਲਓ ਕਿ ਵਿਭਚਾਰ ਦੇ ਵਿੱਚ ਆ, ਉਹ ਬੱਚੇ ਆਪਣੇ ਮਾਂ ਪਿਓ ਨੂੰ ਛੱਡ ਕੇ ਜਾ ਰਹੇ ਆ, ਉਹਦੇ ਜ਼ਿੰਮੇਵਾਰ ਉਸ ਬੱਚੇ ਦੇ ਮਾਂ ਪਿਓ ਆ, ਕਿਉਂਕਿ ਉਸ ਮਾਂ ਪਿਓ ਨੇ ਕਿਸੇ ਹੋਰ ਦੇ ਜੀਵਨ ਦੀ ਗੱਲ ਜਿਹੜੀ ਆ ਨਾ ਉਹ ਉਹਨੂੰ ਫੂਕ ਦਿੱਤੀ ਹੋਊਗੀ, ਉਹਨੂੰ ਹਵਾ ਦਿੱਤੀ ਹੋਊਗੀ। ਜਦੋਂ ਅਸੀਂ ਦੂਜਿਆਂ ਦੀਆਂ ਗੱਲਾਂ ਕਰਦੇ ਤਾਂ ਘਰ ਵਿੱਚ ਹਨੇਰੀ ਆਉਂਦੀ ਆ ਫਿਰ। ਤਾਂ ਇਸ ਲਈ ਕਈ ਪੇਰੈਂਟਸ ਆਪਣੇ ਹੀ ਬੱਚਿਆਂ ਨੂੰ ਕੰਮ ਕਰਨ ਤੋਂ ਰੋਕਣਗੇ ਕਿ ਨਹੀਂ ਕੰਮ ਕਰਨਾ। ਉਹ ਆਪਣੇ ਬੱਚੇ ਦੇ ਜੀਵਨ ਦੇ ਵਿੱਚ ਬਹੁਤ ਹੀ ਗਲਤ ਬੀਜ ਬੀਜ ਰਹੇ ਆ। ਨਾ ਪੁੱਤ ਤੁਹਾਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਆ, ਪੁੱਤ ਅਸੀਂ ਬੈਠੇ ਹਾਂ ਨਾ, ਅਸੀਂ ਕਿਹੜੇ ਕੰਮ ਨੂੰ ਆ, ਹੈ ਇੰਨਾ ਤੁਹਾਡਾ ਪਿਓ ਕਮਾਉਂਦਾ 2 ਲੱਖ ਰੁਪਈਆ ਮਹੀਨੇ ਦਾ, ਅਤੇ ਹੁਣ ਤੂੰ ਕਰਨਾ ਆ? ਕੋਈ ਗੱਲ ਨਹੀਂ, ਇਹ ਕੰਮ ਵਾਲਾ ਕਰੂਗਾ, ਇਹ ਫਲਾਨਾ ਕਰੂਗਾ, ਇਹ ਤੁਹਾਡੀ ਮੰਮੀ ਕਰੂਗੀ, ਮੰਮੀ ਨੇ ਭਾਂਡਾ ਨਹੀਂ ਚੱਕਣ ਦੇਣਾ। ਨਾ ਮੇਰਾ ਪੁੱਤ, ਜਾਂ ਤੂੰ ਹੱਥ ਧੋ ਕੇ ਤੂੰ ਬੈਠ ਏਸੀ ਦੇ ਵਿੱਚ, ਤੂੰ ਕੋਈ ਕੰਮ ਨਹੀਂ ਕਰਨਾ। ਇਹ ਤੁਸੀਂ ਆਪਣੇ ਬੱਚਿਆਂ ਦੀਆਂ ਜੜ੍ਹਾਂ ਵੱਢ ਰਹੇ ਹੋ, ਤੁਸੀਂ ਆਪ ਆਪਣੇ ਬੱਚਿਆਂ ਨੂੰ ਨਾਸ਼ ਕਰ ਰਹੇ ਹੋ। ਤੁਸੀਂ ਪੈਸੇ ਦੇ ਕੇ ਆਪਣੀ ਜਾਨ ਛੁਡਾਉਣ ਨੂੰ ਉਹਨੂੰ ਹੱਟੀ ਨੂੰ ਭੇਜ ਦਿੱਤਾ, ਦੁਕਾਨ ਨੂੰ ਭੇਜ ਦਿੱਤਾ, ਜਾਓ ਮੁੱਲ ਖਾ ਲਓ, ਇੱਦਾਂ ਕਰ ਲਓ ਕਿ ਤੁਹਾਨੂੰ ਆਪ ਨਾ ਪਕਾਉਣਾ ਪਵੇ। ਤੁਸੀਂ ਆਪ ਆਪਣੇ ਬੱਚਿਆਂ ਨੂੰ ਜਿਹੜਾ ਆ ਵਿਗਾੜਿਆ, ਤੁਸੀਂ ਆਪ ਆਪਣੇ ਬੱਚਿਆਂ ਦੀ ਸਿਹਤ ਦਾ ਜਿਹੜਾ ਆ ਉਹ ਨੁਕਸਾਨ ਕਰ ਰਹੇ, ਇਹਦੇ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਆ। ਫਿਰ ਤੁਸੀਂ ਕਹਿੰਦੇ ਰੱਬ ਖਰਿਆ ਸਾਤੋਂ ਕਿਹੜੇ ਗਿਣ ਗਿਣ ਕੇ ਬਦਲੇ ਲੈਣ ਡਿਆ? ਨਹੀਂ, ਉਹਦਾ ਬਦਲਾ ਲੈਣਾ ਉਹਦਾ ਕੰਮ ਨਹੀਂ ਆ, ਬਦਲ ਦੇਣਾ ਹੀ ਉਹਦਾ ਕੰਮ ਆ। ਤਾਂ ਇਹਨਾਂ ਸਭ ਚੀਜ਼ਾਂ ਦੇ ਲਈ ਡੀਅਰ ਫਰੈਂਡਸ ਅਸੀਂ ਖੁਦ ਜ਼ਿੰਮੇਵਾਰ ਹੁੰਦੇ ਹਾਂ, ਆਪਣੇ ਬੱਚਿਆਂ ਦੀ ਲਾਈਫ ਦੇ ਲਈ ਖੁਦ ਜ਼ਿੰਮੇਵਾਰ ਹੁੰਦੇ ਹਾਂ। ਗਰਮੀ ਦੇ ਦਿਨ ਆ, ਪਾਸਟਰ ਜੀ ਕਿੰਨੀ ਵਾਰੀ ਰਾਜ ਪ੍ਰਤਾਪ ਨੂੰ ਲੈ ਕੇ ਜਾਂਦੇ ਆ, ਕਹਿੰਦੇ ਤੂੰ ਕਿਰਾਇਆ ਵਾ,
ਪੈਲੀ ਦੇ ਵਿੱਚ ਚੱਲ, ਅਤੇ ਉੱਥੇ ਚਰਚ ਦੇ ਵਿੱਚ ਜਿੱਥੇ ਸ਼ੈੱਡ ਬਣ ਰਹੀ ਆ ਉੱਥੇ ਲੈਵਲ ਕਰਨ ਵਾਲਾ, ਚੱਲ ਲੈਵਲ ਕਰ, ਚੱਲ ਹੱਲਾ ਫੇਰ ਖੇਤ ਵਾਹ। ਸ਼ਾਮਾਂ ਨੂੰ 5 ਵਜੇ ਪੂਰੀ ਗਰਮੀ ਹੁੰਦੀ ਆ, 5 ਵਜੇ ਰਾਜ ਪ੍ਰਤਾਪ ਨੂੰ ਕਈ ਵਾਰੀ ਖੇਤਾਂ ਦੇ ਵਿੱਚ ਉਹਨਾਂ ਨੇ ਵਾੜਿਆ ਹੁੰਦਾ ਕਿ ਚੱਲ ਕਾਕਾ ਤੈਂ ਚਲਾਉਣਾ, ਅੱਜ 2 ਘੰਟੇ ਟਰੈਕਟਰ ਤੂੰ ਵਾਹੁਣਾ ਆ। ਉਹਨੂੰ ਪਸ਼ੂ ਨੂੰ ਆਉਣ ਲਾਉਂਦੇ ਆ, ਉੱਧਰ ਪਸ਼ੂਆਂ ਵਾਲੀ ਸਾਈਡ 'ਤੇ ਲੈ ਕੇ ਜਾਂਦੇ, ਕਈ ਵਾਰੀ ਪੱਠੇ ਪਾਉਣੇ ਉਹਨੂੰ ਸਿਖਾਉਂਦੇ ਕਿ ਚੱਲ ਪੱਠੇ ਪਾ। ਆਈ ਨੋ ਕਿ ਰਾਜ ਪ੍ਰਤਾਪ ਦੇ ਜੀਵਨ ਦੀ ਬੁਲਾਹਟ ਜਿਹੜੀ ਆ ਉਹ ਪਰਮੇਸ਼ਵਰ ਦਾ ਕੰਮ ਆ, ਪਰ ਫਿਰ ਵੀ ਸਾਡੇ ਬੱਚਿਆਂ ਨੂੰ ਅਸੀਂ ਟ੍ਰੇਨਡ ਕਰਨਾ ਹੀ ਆ, ਉਹਨਾਂ ਨੂੰ ਸਖਤ ਰਾਹਾਂ 'ਤੇ ਚੱਲਣਾ ਅਸੀਂ ਸਿਖਾਉਣਾ ਆ, ਤਾਂ ਜੋ ਸਖਤ ਰਾਹਾਂ ਉਹਨਾਂ ਦੇ ਲਈ ਨਰਮ ਹੋ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ। ਜਦੋਂ ਅਸੀਂ ਸਾਡੇ ਬੱਚਿਆਂ ਨੂੰ ਨਰਮ ਨਰਮ ਰਾਹ 'ਤੇ ਚੱਲਣਾ ਸਿਖਾਉਂਦੇ ਹਾਂ, ਅਸੀਂ ਉਹਨਾਂ ਨੂੰ ਕੋਈ ਚੀਜ਼ ਇਹੋ ਜਿਹੀ ਨਹੀਂ ਸਿਖਾਉਂਦੇ ਜਿਹੜੀ ਸਖਤ ਆ। ਉਹ ਸਾਡੇ ਬੱਚੇ ਜਦੋਂ ਸਖਤ ਜ਼ਮੀਨ ਆਉਂਦੀ ਨਾ, ਉੱਤੇ ਪੈਰ ਹੀ ਨਹੀਂ ਰੱਖਦੇ, ਉਹ ਚਾਹੁੰਦੇ ਕਿ ਗੱਦੇ ਹੀ ਵਿਛੇ ਹੋਣ, ਫੁੱਲ ਹੀ ਵਿਛੇ ਹੋਣ। ਪਰ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਪੱਥਰਾਂ ਦੇ ਉੱਤੇ ਚੱਲਣਾ ਸਿਖਾਇਆ ਆ, ਅਗਰ ਤੁਸੀਂ ਆਪਣੇ ਬੱਚਿਆਂ ਨੂੰ ਸਖਤ ਰਾਹਾਂ ਉੱਤੇ ਚੱਲਣਾ ਸਿਖਾਇਆ ਆ, ਤਾਂ ਤੁਸੀਂ ਦੇਖਿਓ ਤੁਹਾਡੇ ਬੱਚੇ ਜਿਹੜੇ ਹਨ ਉਹ ਰੋਡਾਂ ਦੇ ਉੱਤੇ ਭੱਜੇ ਜਾਣਗੇ, ਉਹਨਾਂ ਨੂੰ ਕੋਈ ਰੋਡ ਨਹੀਂ ਚੁੱਭਣ ਵਾਲਾ, ਉਹ ਤੱਤੀਆਂ ਥਾਵਾਂ ਦੇ ਉੱਤੇ ਵੀ ਠੰਡੇ ਥਾਵਾਂ ਜਿਹੜੇ ਆ ਉਹ ਤੁਰੇ ਜਾਣਗੇ। ਤਾਂ ਅਸੀਂ ਟ੍ਰੇਨਡ ਕਰਨਾ ਆ, ਔਰ ਖੁਦ ਨੂੰ ਟ੍ਰੇਨਡ ਕਰੋ, ਆਪਣੇ ਆਪ ਨੂੰ ਟ੍ਰੇਨਡ ਕਰੋ, ਹੱਥ 'ਤੇ ਹੱਥ ਰੱਖ ਕੇ ਨਾ ਬੈਠੇ ਰਿਹਾ ਕਰੋ, ਸੁਸਤੀਆਂ ਛੱਡੋ, ਆਲਸ ਛੱਡੋ, ਦਲਿੱਦਰ ਛੱਡੋ, ਪਰਮੇਸ਼ਵਰ